ਤੇ ਹਰ ਸਾਲ ਕਣਕ ਬੀਜਦੇ ਆ ਪਰ ਉਥੇ ਵੱਡੇ ਗਰੁੱਪ ਦੇ ਵਿੱਚ ਈਮੋਜ਼ ਆਉਂਦੇ ਆ ਤੇ ਇਹਨਾਂ ਦੀ ਜਿਹੜੀ ਸਾਰੀ ਫਸਲ ਆ ਨਾ ਉਹ ਖਾ ਕੇ ਚਲੇ ਜਾਂਦੇ ਆ ਕਈ ਵਾਰੀ ਇਹ ਫਸਲ ਨੂੰ ਬੀਜਦੇ ਆ ਪਰ ਈਮੋਜ਼ ਇਹਨਾਂ ਦੀ ਫਸਲ ਤਬਾਹ ਕਰਕੇ ਚਲੇ ਜਾਂਦੇ ਆ ਇਹ ਬੜੇ ਦੁਖੀ ਹੁੰਦੇ ਆ ਇਹ ਸਰਕਾਰ ਕੋਲ ਅੱਗੇ ਜਾ ਕੇ ਫਰਿਆਦ ਕਰਦੇ ਆ ਕਿ ਇਹਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਇਹ ਜਿਹੜੇ ਈਮੋ ਆ ਉਹਨਾਂ ਦੀ ਸਾਰੀ ਦੀ ਸਾਰੀ ਫਸਲ ਤਬਾਹ ਕਰ ਦਿੰਦੇ ਆ ਤਾਂ ਕਰਕੇ ਸਰਕਾਰ ਕੀ ਕਰਦੀ ਆ ਕਿ ਆਪਣੀ ਦੇਸ਼ ਦੀ ਜਿਹੜੀ ਫੌਜ ਹੁੰਦੀ ਆ ਉਹਨਾਂ ਨੂੰ ਆਰਡਰ ਦਿੰਦੀ ਆ ਕਿ ਦੋ ਬਟਾਲੀਆਂ ਨੂੰ ਤਿਆਰ ਕੀਤਾ ਜਾਵੇ ਤਾਂ ਕਿ ਇਹਨਾਂ ਫਾਰਮੂਲਾ ਦੀ ਹੈਲਪ ਕੀਤੀ ਜਾਵੇ ਉਹ ਦੋ ਬਟਾਲੀਆਂ ਤਿਆਰ ਕਰਕੇ ਉਹਨਾਂ ਨੂੰ ਦੋ ਮਸ਼ੀਨ ਗੱਨਾ ਦਿੰਦੇ ਆ ਤੇ ਉਹਨਾਂ ਨੂੰ ਆਰਡਰ ਦਿੰਦੇ ਆ ਕਿ ਜਿੱਥੇ ਵੀ ਉਹਨਾਂ ਨੂੰ ਇਮੋ ਮਿਲਦਾ ਉਹਨਾਂ ਨੂੰ ਮਾਰਦੇ ਆ ਇਹਨਾਂ ਨੂੰ ਲੱਗਦਾ ਕਿ ਕੋਈ ਖਾਸ ਵੱਡਾ ਮਿਸ਼ਨ ਹੈਗਾ ਇਹਨਾਂ ਨੇ ਜਾਣਾ ਤੇ ਇਹਨਾਂ ਨੇ ਇਮੋ ਦੇ ਉੱਪਰ ਅਟੈਕ ਕਰਨਾ ਤੇ ਇਮੋ ਮਰ ਜਾਣਗੇ ਜਿਵੇਂ ਆਮ ਪੰਛੀਆਂ ਨੂੰ ਇਹ ਮਾਰਦੇ ਆ ਤੇ ਉਸ ਤੋਂ ਬਾਅਦ ਇਹ ਵਾਪਸ ਆ ਜਾਣਗੇ ਤਾਂ ਜਦੋਂ ਉੱਥੇ ਇਮੋ ਆਉਂਦੇ ਆ ਨਾ ਤਾਂ ਇਹ ਉਹਨਾਂ ਦੇ ਉੱਪਰ ਸ਼ੂਟਿੰਗ ਕਰਨੇ ਸ਼ੁਰੂ ਕਰ ਦਿੰਦੇ ਆ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਪਰ ਇਹ ਜਿਹੜੇ ਸਾਰੇ ਫੌਜੀ ਹੁੰਦੇ ਆ ਨਾ ਇਹ ਬੜੇ ਹੈਰਾਨ ਹੁੰਦੇ ਆ ਜਦੋਂ ਇਹ ਇਮੇਜ ਨੂੰ ਭਜਦਾ ਦੇਖਦੇ ਆ